ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਹੁਣ ਇਕ ਅਜਿਹਾ ਦੇਸ਼ ਹੈ ਜੋ ਅਗਵਾਈ ਕਰਦਾ ਅਤੇ ਨਵੇਂ ਆਰਮੀ ਮੰਚ ਬਣਾਉਂਦਾ ਹੈ। ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਜੰਮੂ ਕਸ਼ਮੀਰ ਦੇ ਕਠੁਆ ਵਿਖੇ ਸਟਾਰਟਅਪ ਐਕਸਪੋ ਦਾ ਉਦਘਾਟਨ ਕਰਨਗੇ। ਭਾਰਤੀ ਰੇਲਵੇ ਧੁੰਦ ਦੇ ਮੌਸਮ ਦੌਰਾਨ ਲਗਭਗ 20,000 GPS ਆਧਾਰਿਤ ਨੈਵੀਗੇਸ਼ਨ ਫੌਗ ਪਾਸ ਯੰਤਰ ਪ੍ਰਾਪਤ ਕਰੇਗਾ ਤਾਂ ਜੋ ਰੇਲ ਸੰਚਾਲਨ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ। ਵਿਸ਼ਵ ਰੇਲ ਦਿਵਸ ਅੱਜ ਦੁਨੀਆਂ ਭਰ ਵਿਚ ਮਨਾਇਆ ਜਾਵੇਗਾ ਅਤੇ ਭਾਰਤੀ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਠੰਡ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਕੋਈ ਵੀ ਸਖ਼ਤ ਫੈਸਲਾ ਉਨ੍ਹਾਂ ਲਈ ਔਖਾ ਨਹੀਂ ਲਗਦਾ ਕਿਉਂਕਿ ਉਹ ਨੇਸ਼ਨ ਫਸਟ ਜਾਂ ਰਾਸ਼ਟਰ ਪਹਿਲਾਂ ਦੀ ਸੋਚ ਰਾਹੀਂ ਸਾਰੇ ਕਦਮ ਚੁੱਕਦੇ ਨੇ। ਸ੍ਰੀ ਮੋਦੀ ਨੇ ਕੱਲ੍ਹ ਇਕ ਨਿਊਜ਼ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਚ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਦੀ ਗਰੰਟੀ ਚੋਣਾਂ ਜਿੱਤਣ ਲਈ ਬਣਿਆ ਫਾਰਮੁਲਾ ਨਹੀਂ ਏ, ਸਗੋਂ ਇਹ ਗਰੰਟੀ ਗਰੀਬਾਂ ਦਾ ਭਰੋਸਾ ਏ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਹਰ ਗਰੀਬ ਵਿਅਕਤੀ ਜਾਣਦਾ ਕਿ ਮੋਦੀ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਕ ਅਜਿਹੇ ਦੇਸ਼ ਜੋ ਪਹਿਲਾਂ ਪਿੱਛੇ ਰਹਿ ਗਿਆ ਸੀ ਮਹਿਸੂਸ ਕਰਦਾ ਸੀ ਤਾਂ ਹੁਣ ਅੱਗੇ ਹੋ ਕੇ ਅਗਵਾਈ ਕਰਨ ਵਾਲਾ ਅਤੇ ਨਵੇਂ ਆਲਮੀ ਮੰਚ ਬਣਾਉਣ ਵਾਲਾ ਦੇਸ਼ ਬਣ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਔਰਤਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਏ। ਸ੍ਰੀ ਮੋਦੀ ਨੇ ਕੇਰਲ ਦੇ ਤ੍ਰਿਸ਼ੂਰ ਵਿਚ ਔਰਤਾਂ ਦੇ ਇਕ ਵਿਸ਼ਾਲ ਸੰਮੇਲਨ ਵਿਚ ਆਪਣੇ ਸੰਬੋਧਨ ਦੌਰਾਨ ਇਹ ਗੱਲ ਕਹੀ। ਪ੍ਰਧਾਨ ਮੰਤਰੀ ਨੇ ਥੇਕਿਨਾਕਾਂਡੂ ਮੈਦਾਨ ਵਿਚ ਭਾਜਪਾ ਦੁਆਰਾ ਆਯੋਜਿਤ ਮੋਦੀ ਨਾਲ ਔਰਤ ਸ਼ਕਤੀ ਸਿਰਲੇਖ ਵਾਲੀ ਔਰਤਾਂ ਦੀ ਮੀਟਿੰਗ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਔਰਤਾਂ ਨੂੰ ਕਈ ਬੁਨਿਆਦੀ ਸਹੁਲਤਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਣ ਲਈ ਖੱਬੇ ਜਮਹੂਰੀ ਫਰੰਟ LDF ਅਤੇ ਯੁਨਾਈਟਿਡ ਡੈਮੋਕ੍ਰੈਟਿਕ ਫਰੰਟ UDF ਸਰਕਾਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਕਈ ਸਾਲਾਂ ਤੱਕ ਕੇਰਲ ਵਿਚ ਰਾਜ ਕੀਤਾ। ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ LDF ਅਤੇ UDF ਦੋ ਸਿਆਸੀ ਗਰੁੱਪ ਹੋਣ ਦਾ ਢੌਂਗ ਕਰ ਰਹੇ ਨੇ ਪਰ ਉਹ ਇਕ ਨੇ। ਉਨ੍ਹਾਂ ਕਿਹਾ ਕਿ NDA ਲਈ 4 ਸ਼੍ਰੇਣੀਆਂ ਮਹੱਤਵਪੂਰਨ ਨੇ, ਗਰੀਬ, ਨੌਜਵਾਨ, ਕਿਸਾਨ ਅਤੇ ਔਰਤਾਂ। ਸ੍ਰੀ ਮੋਦੀ ਨੇ ਤ੍ਰਿਸ਼ੂਰ ਸ਼ਹਿਰ ਵਿਚ ਇਕ ਰੋਡ ਸ਼ੋਅ ਵੀ ਕੀਤਾ ਜਿੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਇਸ ਤੋਂ ਪਹਿਲਾਂ ਦਿਨੇ ਪ੍ਰਧਾਨ ਮੰਤਰੀ ਨੇ ਲਕਸ਼ਦੀਪ ਦੇ ਕਾਵਰਤੀ ਟਾਪੂ ਤੇ 1156 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਕਈ ਦਾ ਨੀਂਹ ਪੱਥਰ ਰਖਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਜਵਲਾ ਯੋਜਨਾ ਦੇ 10 ਕਰੋੜਵੇਂ ਲਾਭਪਾਤਰੀ ਮੀਰਾ ਮਾਨ ਜੀ ਨੂੰ ਇਕ ਪੱਤਰ ਲਿਖਿਆ। ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਵੱਖ ਵੱਖ ਵਿਕਾਸ ਪਹਿਲਕਦਮੀਆਂ ਦਾ ਉਦਘਾਟਨ ਕਰਨ ਲਈ ਅਯੋਧਿਆ ਦੀ ਆਪਣੀ ਹਾਲੀਆ ਫੇਰੀ ਦੌਰਾਨ ਉਹ ਉਨ੍ਹਾਂ ਦੇ ਘਰ ਗਏ ਸਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਚਾਹ ਪੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਰਾ ਮਾਨ ਜੀ ਵਰਗੇ ਕਰੋੜਾਂ ਦੇਸ਼ ਵਾਸੀਆਂ ਦੇ ਚਿਹਰਿਆਂ ਤੇ ਮੁਸਕਰਾਹਟ ਉਨ੍ਹਾਂ ਦੀ ਪੂੰਜੀ ਅਤੇ ਸਭ ਤੋਂ ਵੱਡੀ ਸੰਤੁਸ਼ਟੀ ਹੈ ਜੋ ਉਨ੍ਹਾਂ ਨੂੰ ਦੇਸ਼ ਲਈ ਕੰਮ ਕਰਨ ਲਈ ਨਵੀਂ ਊਰਜਾ ਪ੍ਰਦਾਨ ਕਰਦੀ ਹੈ। ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਜੰਮੂ ਕਸ਼ਮੀਰ ਦੇ ਕਠੁਆ ਵਿਖੇ ਸਟਾਰਟਅਪ ਐਕਸਪੋ ਦਾ ਉਦਘਾਟਨ ਕਰਨਗੇ। ਉੱਤਰੀ ਰਾਜਾਂ ਦੇ 25 ਸਟਾਰਟਅਪ ਐਕਸਪੋ ਵਿਚ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ। ਸਟਾਰਟਅਪ ਐਕਸਪੋ ਵਿਚ 6 ਔਰਤ ਉਦਮੀਆਂ ਵੀ ਹਿੱਸਾ ਲੈਣਗੀਆਂ। ਐਕਸਪੋ ਦਾ ਵਿਸ਼ਾ ਉੱਤਰੀ ਭਾਰਤ ਵਿਚ ਉਭਰਦੇ ਸਟਾਰਟਅਪ ਰੁਝਾਨ ਹੈ। ਕੱਲ੍ਹ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ ਜਤਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿਚ ਸਟਾਰਟਅਪਸ ਦੀ ਗਿਣਤੀ 2014 ਵਿਚ ਲਗਭਗ 350 ਤੋਂ ਵੱਧ ਕੇ ਹੁਣ 1 ਲੱਖ ਤੋਂ ਵੀ ਵੱਧ ਹੋ ਗਈ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ ਨੇਪਾਲ ਦੇ 2 ਦਿਨਾਂ ਦੌਰੇ ਤੇ ਹੋਣਗੇ। ਦੌਰਾ ਕਾਠਮੰਡੂ ਵਿਚ ਭਾਰਤ ਅਤੇ ਨੇਪਾਲ ਸੰਯੁਕਤ ਕਮਿਸ਼ਨ ਦੀ 7ਵੀਂ ਮੀਟਿੰਗ ਦੀ ਸਹਿ ਪ੍ਰਧਾਨਗੀ ਲਈ ਨੇਪਾਲ ਦੇ ਵਿਦੇਸ਼ ਮੰਤਰੀ NP ਸਾਊਦ ਦੇ ਸੱਦੇ ਤੇ ਹੋਵੇਗਾ। ਭਾਰਤ ਅਤੇ ਨੇਪਾਲ ਸੰਯੁਕਤ ਕਮਿਸ਼ਨ ਦੀ ਸਥਾਪਨਾ 1987 ਵਿਚ ਕੀਤੀ ਗਈ ਸੀ ਅਤੇ ਦੋਵੇਂ ਮੰਤਰੀਆਂ ਨੂੰ ਦਵੱਲੀ ਭਾਈਵਾਲੀ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਲਈ ਇਕ ਮੰਚ ਪ੍ਰਦਾਨ ਕਰਦਾ ਹੈ। ਦੌਰੇ ਦੌਰਾਨ ਡਾ ਜੈਸ਼ੰਕਰ ਨੇਪਾਲ ਦੀ ਲੀਡਰਸ਼ਿਪ ਨਾਲ ਵੀ ਮੁਲਾਕਾਤ ਕਰਨਗੇ ਅਤੇ ਪ੍ਰਮੁੱਖ ਸਿਆਸੀ ਹਸਤੀਆਂ ਨਾਲ ਮੁਲਾਕਾਤ ਕਰਨਗੇ। ਇਕ ਬਿਆਨ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨੇਪਾਲ ਆਪਣੀ ਗੁਆਂਢੀ ਪਹਿਲਾਂ ਨੀਤੀ ਤਹਿਤ ਭਾਰਤ ਦਾ
ਇਕ ਤਰਜੀਹੀ ਭਾਈਵਾਲ ਹੈ ਅਤੇ ਇਹ ਦੌਰਾ ਦੋ ਨਜ਼ਦੀਕੀ ਅਤੇ ਦੋਸਤਾਨਾ ਗੁਆਂਢੀਆਂ ਵਿਚਕਾਰ ਉੱਚ ਪੱਧਰੀ ਦਾਨ ਪ੍ਰਦਾਨ ਦੀ ਪਰੰਪਰਾ ਨੂੰ ਧਿਆਨ ਵਿਚ ਰੱਖਦੇ ਹੋ ਰਿਹਾ ਹੈ। ਅੱਜ ਵਿਸ਼ਵ ਭਰ ਵਿਚ ਬਰੇਲ ਦਿਵਸ ਮਨਾਇਆ ਜਾਵੇਗਾ। ਇਹ ਦਿਨ ਵਿਸ਼ੇਸ਼ ਮਹੱਤਤਾ ਰੱਖਦਾ ਕਿਉਂਕਿ ਇਹ 1809 ਵਿਚ ਫਰਾਂਸ ਵਿਚ ਪੈਦਾ ਹੋਏ ਬਰੇਲ ਲਿਪੀ ਦੇ ਦੂਰ ਅੰਦੇਸ਼ੀ ਖੋਜੀ ਲੂਈਸ ਬਰੇਲ ਦੇ ਜਨਮ ਦਿਨ ਨੂੰ ਦਰਸਾਉਂਦਾ। ਸਿੱਖਿਆ, ਸੰਚਾਰ ਅਤੇ ਸਮਾਜਿਕ ਸ਼ਮੂਲੀਅਤ ਵਿਚ ਬਰੇਲ ਦੀ ਪ੍ਰਮੁੱਖ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ ਸੰਯੁਕਤ ਰਾਸ਼ਟਰ ਨੇ 4 ਜਨਵਰੀ ਨੂੰ ਇਹ ਦਿਨ ਹਰ ਸਾਲ ਵਿਸ਼ਵ ਬਰੇਲ ਦਿਵਸ ਵਜੋਂ ਨਾਮਜ਼ਦ ਕੀਤਾ। ਬਰੇਲ ਇਕ ਭਾਸ਼ਾ ਦੀ ਬਜਾਏ ਇਕ ਯੂਨੀਵਰਸਲ ਕੋਡ, ਸੰਸਕ੍ਰਿਤ, ਅਰਬੀ, ਚੀਨੀ, ਹਿਬਰੂ, ਸਪੈਨਿਸ਼ ਅਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਸਮੇਤ ਵੱਖ ਵੱਖ ਭਾਸ਼ਾਵਾਂ ਵਿਚ ਲਿਖਣ ਅਤੇ ਪੜ੍ਹਨ ਲਈ ਇਕ ਸਾਧਨ ਵਜੋਂ ਕੰਮ ਕਰਦਾ। ਇਸ ਮੌਕੇ ਤੇ ਦਿਵਿਆਂਗ ਵਿਅਕਤੀਆਂ ਦੇ ਸ਼ਕਤੀਕਰਨ ਵਿਭਾਗ ਅਧੀਨ ਰਾਸ਼ਟਰੀ ਸੰਸਥਾਵਾਂ ਅਤੇ ਸੰਯੁਕਤ ਖੇਤਰੀ ਕੇਂਦਰ ਦੇਸ਼ ਵਿਚ ਕਈ ਪ੍ਰੋਗਰਾਮ ਆਯੋਜਿਤ ਕਰ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਹੈੱਡਕੁਆਟਰ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਬੀਜੇਪੀ ਦੇ ਇੰਚਾਰਜ ਵਿਜੇ ਰੁਪਾਣੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪਾਰਟੀ ਦੇ ਜਨਰਲ ਸਕੱਤਰ ਸੰਗਠਨ ਸ੍ਰੀ ਮੰਤਰੀ ਸ੍ਰੀ ਨਿਵਾਸਲੁ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਕੌਮੀ ਸਕੱਤਰ ਅਤੇ ਪੰਜਾਬ ਦੇ ਸਹਿ ਇੰਚਾਰਜ ਡਾ ਨਰਿੰਦਰ ਸਿੰਘ ਰੈਣਾ, ਸੂਬਾ ਜਨਰਲ ਸਕੱਤਰ ਡਾ ਜਗਮੋਹਨ ਸਿੰਘ ਰਾਜੂ, ਦਿਆਲ ਸੋਢੀ, ਰਕੇਸ਼ ਰਠੌਰ ਅਤੇ ਪਰਮਿੰਦਰ ਬਰਾੜਵੀ ਮੀਟਿੰਗ ਵਿਚ ਹਾਜ਼ਰ ਸਨ। ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਦਾ ਬਿਗਲ ਵੱਧ ਚੁੱਕਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਭਾਰਤ ਦੇ ਵਿਕਾਸ ਦਾ ਜਾਦੂ ਅੱਜ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਬੋਲ ਰਿਹੈ। ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਭਾਜਪਾ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਅਤੇ 35A ਨੂੰ ਖਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਦਾਲਤ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਅਯੁੱਧਿਆ ਵਿਚ ਭਗਵਾਨ ਸ੍ਰੀ ਰਾਮ ਜੀ ਦੇ ਸ਼ਾਨਦਾਰ ਮੰਦਰ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ, ਜਿਸ ਚ 22 ਜਨਵਰੀ 2024 ਨੂੰ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ ਅਤੇ ਦੁਨੀਆਂ ਦੇ ਸਾਰੇ ਸਨਾਤਨੀਆਂ ਲਈ ਇਹ ਇਕ ਇਤਿਹਾਸਕ ਪਲ ਹੋਏਗਾ। ਪੰਜਾਬ ਸਰਕਾਰ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਸਮਾਗਮਾਂ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਦਿੱਤੀ ਗਈ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਰਾਜ ਪੱਧਰੀ ਸਮਾਗਮ ਪਟਿਆਲਾ ਵਿਖੇ ਹੋਏਗਾ, ਜਿੱਥੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣਗੇ, ਜਦਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਗੁਰਦਾਸਪੁਰ ਵਿਖੇ ਕੌਮੀ ਝੰਡਾ ਲਹਿਰਾਉਣਗੇ। ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਕੱਲ੍ਹ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਚੱਕ ਮਾਧੋ ਸਿੰਘ ਵਿਖੇ ਪਹੁੰਚੀ। ਇਸ ਤਹਿਤ ਲੋਕਾਂ ਦੀ ਸਹੂਲਤ ਲਈ ਪਿੰਡ ਵਿਚ ਲਗਾਏ ਜਾ ਰਹੇ ਕੈਂਪਾਂ ਦਾ ਲੋਕ ਭਰਪੂਰ ਲਾਭ ਲੈ ਰਹੇ ਨੇ। ਚੱਕ ਮਾਧੋ ਸਿੰਘ ਦੇ ਵਾਸੀਆਂ ਨੇ ਵੀ ਮੈਡੀਕਲ ਕੈਂਪ ਵਿਚ ਆਪਣਾ ਇਲਾਜ ਕਰਵਾਇਆ ਅਤੇ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਲੋਕਾਂ ਨੇ ਕੇਂਦਰ ਦੀਆਂ ਭਲਾਈ ਯੋਜਨਾਵਾਂ ਦੀ ਸ਼ਲਾਘਾ ਕੀਤੀ ਅਤੇ ਲਾਭਪਾਤਰੀਆਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ। ਅਸੀਂ NRLM ਦਾ ਸਕੀਮ ਦਿੰਦੇ ਹਾਂ ਸਾਰੇ ਲੇਡੀਜ਼ ਨੂੰ, ਜਿਨ੍ਹਾਂ ਵਿਚ 10 ਲੇਡੀਜ਼ ਦਾ ਇੱਕ ਗਰੁੱਪ ਬਣਾਉਂਦੇ ਹਾਂ। CCL ਬਣਾਉਂਦੇ ਹਾਂ ਜਿਹਦੇ ਵਿਚ 1-1.5 ਲੱਖ ਜਿਹੜੇ 10 ਲੇਡੀਜ਼ ਦਾ ਗਰੁੱਪ ਬਣਿਆ ਹੁੰਦਾ। ਉਹ ਲੇਡੀਜ਼ ਪੈਸੇ ਉਠਾ ਕੇ ਕੋਈ ਵੀ ਕੰਮ ਕਰ ਸਕਦੀ ਹੈ, ਸਟਿਚਿੰਗ ਦਾ ਕੰਮ ਕਰ ਸਕਦੀ ਹੈ, ਪਾਰਲਰ ਦਾ ਕਰ ਸਕਦੀ ਹੈ, ਕੋਈ ਗਾਂ ਵਗੈਰਾ ਲੈ ਕੇ ਘਰ ਦਾ ਕੰਮ ਵੀ ਕਰ ਸਕਦੀ ਹੈ। ਤੇ ਸਾਡਾ ਸੈਲਫ ਹੈਲਪ ਗਰੁੱਪ 10 ਮੈਂਬਰ ਦਾ ਬਣਦਾ ਹੈ, 100 ਰੁਪਿਆ ਪਰ ਮਹੀਨੇ ਦਿੰਦੇ ਹਾਂ ਅਸੀਂ ਤੇ 20,000 ਰੁਪਏ ਰਿਫੰਡ ਕਮਾਉਂਦੇ ਹਾਂ ਤੇ 1.5 ਲੱਖ ਦਾ ਲਿਮਿਟ ਵੀ ਬਣਦੀ ਹੈ ਕਿ ਜਿਹੜਾ ਕਿ ਗਰੁੱਪ ਨੂੰ ਬਹੁਤ ਫਾਇਦਾ ਮਿਲਦਾ ਹੈ। ਇਹ ਗਰੀਬੀ ਹਟਾਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ। ਮੇਰਾ BP ਤੇ ਸ਼ੂਗਰ ਜਿਹੜਾ ਆ ਉਹ ਵੱਧਦਾ, ਆਯੁਸ਼ਮਾਨ ਸੰਜੋ ਜਿਤਵਾਈ ਦਾ ਪੈਸਾ ਕੋਈ ਨੀ ਦਿੱਤਾ ਜਾ ਰਿਹਾ, ਫ੍ਰੀ ਆ ਰਹੀ ਹੈ।
ਭਾਰਤੀ ਰੇਲਵੇ ਨੇ ਧੁੰਦ ਦੇ ਮੌਸਮ ਦੌਰਾਨ ਰੇਲ ਸੰਚਾਲਨ ਨੂੰ ਨਿਰਵਿਘਨ ਯਕੀਨੀ ਬਣਾਉਣ ਲਈ ਲਗਭਗ 20,000 ਫੌਗ ਪਾਸ ਡਿਵਾਈਸਾਂ ਦਾ ਪ੍ਰਬੰਧ ਕੀਤੈ। ਧੁੰਦ ਪਾਸ ਇਕ GPS ਆਧਾਰਿਤ ਨੈਵੀਗੇਸ਼ਨ ਯੰਤਰ ਹੈ ਜੋ ਸੰਘਣੀ ਧੁੰਦ ਦੇ ਹਾਲਾਤਾਂ ਦੌਰਾਨ ਲੋਕੋ ਪਾਇਲਟ ਨੂੰ ਨੈਵੀਗੇਟ ਕਰਨ ਵਿਚ ਮਦਦ ਕਰਦਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਦਿਨ ਦੀ ਠੰਡ ਜਾਰੀ ਰਹਿਣ ਦੀ ਸੰਭਾਵਨਾ। ਆਪਣੇ ਮੌਸਮ ਬੁਲੇਟਿਨ ਵਿਚ ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨਾਂ ਦੌਰਾਨ ਉੱਤਰ ਪੱਛਮੀ ਅਤੇ ਪੂਰਬੀ ਭਾਰਤ ਦੇ ਮੈਦਾਨੀ ਖੇਤਰਾਂ ਦੇ ਕੁਝ ਹਿੱਸਿਆਂ ਵਿਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਜਾਰੀ ਰਹਿਣ ਦੀ ਸੰਭਾਵਨਾ ਹੈ। ਬੀਚ ਗੇਮਸ ਅੱਜ ਤੋਂ ਕੇਂਦਰੀ ਸ਼ਾਸਤ ਪ੍ਰਦੇਸ਼ ਦੀਪ ਦੇ ਕੋਕਾਲਾ ਬੀਚ ਤੇ ਸ਼ੁਰੂ ਹੋ ਰਹੀਆਂ ਨੇ। ਇਹ ਖੇਡਾਂ 21 ਜਨਵਰੀ ਤੱਕ ਚੱਲਣਗੀਆਂ। ਇਸ ਖੇਡ ਮੇਲੇ ਵਿਚ 1200 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲਟੀ ਸਪੋਰਟਸ ਬੀਚ ਗੇਮਸ ਦੇ ਸਾਰੇ ਭਾਗੀਦਾਰਾਂ ਨੂੰ ਵੀਡੀਓ ਰਾਹੀਂ ਸੰਦੇਸ਼ ਦੇਣਗੇ ਅਤੇ ਕੇਂਦਰੀ ਯੁਵਾ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਮੁੱਖ ਮਹਿਮਾਨ ਹੋਣਗੇ। ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕੱਲ੍ਹ 12 ਜਨਵਰੀ 2024 ਨੂੰ ਨਾਸਕ ਵਿਚ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਤੇ ਹੋਣ ਵਾਲੇ ਰਾਸ਼ਟਰੀ ਯੁਵਾ ਖੇਡ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਾਰੋਹ ਦਾ ਉਦਘਾਟਨ ਕਰਨਗੇ। ਜਾਇਜ਼ਾ ਮੀਟਿੰਗ ਵਿਚ ਉਪ ਮੁੱਖ ਮੰਤਰੀ ਦਵਿੰਦਰ ਫਡਨਵੀਸ, ਉਪ ਮੁੱਖ ਮੰਤਰੀ ਅਜੀਤ ਪਵਾਰ, ਮੁੱਖ ਸਕੱਤਰ ਡਾ ਨਿਤਿਨ ਕਰੀਕ, ਖੇਡ ਵਿਭਾਗ ਦੇ ਵਧੀਕ ਮੁੱਖ ਸਕੱਤਰ ਓਪੀ ਗੁਪਤਾ ਅਤੇ ਹੋਰ ਹਾਜ਼ਰ ਸਨ। ਆਖਰ ਵਿਚ ਖਾਸ ਖਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਹੁਣ ਇਕ ਅਜਿਹਾ ਦੇਸ਼ ਹੈ ਜੋ ਅਗਵਾਈ ਕਰਦਾ ਅਤੇ ਨਵੇਂ ਆਲਮੀ ਮੰਚ ਬਣਾਉਂਦਾ। ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਜੰਮੂ ਕਸ਼ਮੀਰ ਦੇ ਕਠੁਆ ਵਿਖੇ ਸਟਾਰਟਅਪ ਐਕਸਪੋ ਦਾ ਉਦਘਾਟਨ ਕਰਨਗੇ। ਭਾਰਤੀ ਰੇਲਵੇ ਧੁੰਦ ਦੇ ਮੌਸਮ ਦੌਰਾਨ ਲਗਭਗ 20,000 GPS ਆਧਾਰਿਤ ਨੈਵੀਗੇਸ਼ਨ ਫੌਗ ਪਾਸ ਯੰਤਰ ਸਥਾਪਿਤ ਕਰੇਗਾ ਅਤੇ ਭਾਰਤੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਠੰਡ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ।